ਕਿਲਾ ਸਾਹਿਬ ਨੂੰ ਲੱਭਣਿਆ ਇੱਥੇ ਇੱਕ ਤਾਂ ਰਾਹ ਦੇ ਵਿੱਚ ਆਪਣਾ ਇੱਕ ਟਾਇਰ ਜਿਹੜਾ ਹੈ ਪਿਛਲੇ ਡਰਾਈਵਰ ਸਾਈਡ ਦਾ ਉਹ ਗਿਆ, ਇੱਕ ਦੋ ਵਾਰ ਪੰਚਰ ਹੋ ਚੁੱਕਾ ਹੈ ਮੁੜ ਉਹਨੂੰ ਅਸਲੀ ਲਗਾਉਣ ਕਿਲਾ ਹੈ ਮੁੜ ਉੱਥੇ ਗੇਟਰਸ ਦੀ ਵਜ੍ਹਾ, ਲੇਕਿਨ ਗੇਟਰ ਥੱਲੇ ਜਿਹੜੇ ਟਾਇਰ ਉਹ ਕੋਈ ਨਹੀਂ ਚੱਲਦਾ ਹੁੰਦਾ, ਉਹ ਚਿੜੀਆਂ ਉਡਾ ਗਿਆ ਉਹਦੀ ਜਗ੍ਹਾ 'ਤੇ, ਹੁਣ ਘੱਸੀ ਹੋਈ ਆ ਸਟੱਪਣੀ। ਸਟੱਪਣੀ ਹੈ ਤਾਂ ਆਪਣੀ ਬਿਲਕੁਲ ਨਾ ਬੇਦਾਗ, ਕੋਈ ਗੇਟਰਸ ਮੈਟਰ ਕੋਈ ਕੱਟ ਮੱਟ ਜਿਹੜਾ ਨਾ ਬਿਲਕੁਲ ਠੀਕ ਹੈ। ਸਟੱਪਣੀ ਹੈ ਇਹ ਵਾਲੀ, ਆ ਸਟੱਪਣੀ ਹੈ ਇਹ ਫਾਰਚੂਨ ਦੀ ਹੈ, ਅਤੇ ਜਿਹੜਾ ਟਾਇਰ ਆਪਣਾ ਫਟਿਆ ਉਹ ਅਸਲ ਨਾ ਉੱਤੇ ਹੁਣ ਰਬੜ ਉਹਦੇ ਉੱਤੇ ਲੈਂਦਾ ਪਿਆ, ਇੱਕ ਤਾਂ ਉਹ ਮਾਡੀ ਗਾਰਡ ਦਾ ਨਾ ਉਹ ਰਬੜ ਤੁਹਾਨੂੰ ਵੇਖਿਆ ਨਾ ਮਾਡੀ ਗਾਰਡ ਦਾ ਕੰਮ ਹੀ ਕਰ ਗਿਆ, ਚੰਗੇ ਨੇ ਬਲਾਸਟ ਹੋਏ ਨਾ ਜਿਵੇਂ ਬੱਸਾਂ 'ਤੇ ਨਹੀਂ ਫਟਦੇ ਟਾਇਰ, ਰਬੜ ਸਾਰਾ ਉੱਤੋਂ ਲੈ ਗਿਆ ਸਮੜ ਉੱਤੋਂ ਵਲੀ ਹੈ ਕਿ ਨਾ ਰੱਸੀ ਜਿਹੀ ਪੈਕਿੰਗ ਸਟੱਪਣੀ ਵਾਲੀ ਜਗ੍ਹਾ 'ਤੇ ਨਾ ਇਹ ਟੂੰਗੀ ਹੋਈ ਸਹੀ। ਲੇਕਿਨ ਇਹ ਹੈ ਕਿ ਟਾਇਰ ਜਿਹੜਾ ਇਹਨੇ ਇਹ ਹੁਣ ਆਪਣੇ ਦਿਹਾੜੇ ਜਿਹੜਾ ਇਹਨੂੰ ਪੂਰੇ ਕੀਤੀ ਵਧਾਈ, ਇਸ ਤਰ੍ਹਾਂ ਨਰਮਾਨ ਕੋਈ ਨਾ, ਕਿਉਂਕਿ ਇਹਨੂੰ ਤਕਰੀਬਨ ਕੋਈ 2 ਸਾਲ ਹੋ ਗਏ ਹਨ। ਇਸ ਵਾਸਤੇ ਬੰਦਾ ਟਾਇਰ ਚਲੋ ਚਾਰ ਆਉਂਦਾ ਚੰਗੇ ਭਰ ਲਵੇ ਤਾਂ ਲੈ ਨਸਲੀ ਲਵੇ, ਹੁਣ ਚੰਗਾ ਟਾਇਰ ਆਏ ਤਾਂ 2 ਸਾਲ ਚੱਲ ਗਿਆ ਸਿੰਗਲ ਗੱਡੀ ਥੱਲੇ, ਬੜਾ ਸਹੀ ਚੱਲ ਗਿਆ। ਤੁਸੀਂ ਵੀ ਆਖੋ ਵਿਰਾਹ ਕੇ ਚੰਗਾ ਕਿ ਕੱਲ੍ਹ ਕਿਤੇ ਅਸੀਂ ਵਧੀਆ ਗੱਡੀ ਲੋਡ ਕਰਕੇ ਜਾਂਦੇ ਪਏ ਹਾਂ ਕੋਇਟੇ, ਅਤੇ ਹੁਣ ਜਲਦੀ ਜਲਦੀ ਨਾ ਬਾਗ ਵਿੱਚ ਹੀ ਆ ਗਏ। ਉਹ ਜਿਵੇਂ ਤਰ੍ਹਾਂ ਦਾ ਸੀਨ ਬਣਿਆ ਨਾ ਉਹ ਵੀ ਤੁਹਾਨੂੰ ਦੱਸਦਾ ਕਿ ਕੋਇਟੇ ਆਪਣਿਆਂ ਜਾ ਕੇ ਅਸੀਂ ਰਾਤੀ, ਤੁਹਾਨੂੰ ਪਤਾ ਕਿ ਦਾਲ ਆਈ ਅਤੇ ਦਾਲ ਖਾਲੀ ਆਉਂਦੀ ਹੈ ਦਿਨ ਦੇ ਟਾਈਮ 'ਤੇ, ਇਦੋਂ ਇਹ ਜਨਾਬ ਬਾਗ ਸਾਰੇ ਖਤਮ ਹੋਏ ਹੋਏ ਆ। ਅੱਲਾ ਦਾਦ ਲਾਲਾ ਜਿਹੜਾ ਆਪਣਾ ਯਾਰ ਉਸ ਆਖਿਆ ਏ ਉਸ ਮੇਰੀ ਵਾਸਤੇ ਨਾ ਰੱਖੇ ਹੋਇਆ ਈ ਮਾਲ ਅਤੇ ਲੇਬਰ ਉਹਦੀ ਦਾ ਅੱਜ ਆਖਰੀ ਦਿਹਾੜਾ ਏ ਇੱਥੇ, ਇਹਦੇ ਵਿੱਚ ਆਖਿਆ ਏ ਕਿ ਬਾਈ ਅਗਰ ਅੱਜ ਤੂੰ ਆ ਜਾ ਸੈਂ ਤਾਂ ਗੱਡੀ ਤੇਰੀ ਲੋਡ ਉਸ ਨਹੀਂ ਤਾਂ ਮੁੜ ਮੇਥੀ ਤਰਾ ਦਾ ਦੇਵੇ, ਕਿਉਂਕਿ ਮੈਂ ਤਰਾਏ ਦੇ ਤੇਰੇ ਹੱਲੂ ਨਾ ਇਹ ਵੇਦਾ ਪਿਆ। ਮੈਂ ਗਿਆ ਜਾ ਕੇ ਉਹਨਾਂ ਫੋਨ ਕੀਤਾ ਅਗਲੇ ਮੁਨਸ਼ੀ ਨੂੰ ਦਾਲ ਲਾ ਲੈਣਾ, ਮੈਂ ਕਿ ਯਾਰ ਤੂੰ ਇੰਝ ਕਰ ਜਿਵੇਂ ਜਾਣਦਾ ਹੈ ਕਿ ਤੂੰ ਸੁਬਹ ਸੁਬਹ ਨੂੰ ਗੱਡੀ ਖਾਲੀ ਕਰ, 3 ਵਜੇ ਮੈਂ ਉਤਰਿਆ ਕਿ ਆਪਣਿਆਂ ਉਸ ਮੈਨੂੰ ਆਖਿਆ ਇਹ ਮੁਨਸ਼ੀ ਅਗਲੇ ਨਾਲ ਰਬਤਾ ਹੋਇਆ, ਉਸ ਆਖਿਆ ਕਿ ਇੱਥੇ ਆ ਕੇ ਨਾ ਮੈਨੂੰ ਫੋਨ ਕਰ ਲਵੇ, ਮੈਂ 3 ਵਜੇ ਤੋਂ ਪਿੱਛੇ ਸੁੱਤਾ ਹੀ ਕੋਈ ਨਹੀਂ, ਮੈਂ ਕਿ ਯਾਰ ਪਿੱਛੂ ਗੱਡੀ ਚਲਾ ਕੇ ਲੈ ਕੇ ਆਈ, ਮੈਂ ਕਿਹਾ ਜੇਕਰ ਹੁਣ ਸਾਇੰ ਕਹਿੰਦਾ ਤਾਂ ਮੁੜ ਜਾ ਕੋਈ ਨਹੀਂ ਆਉਣੀ, ਲਿਹਾਜ਼ਾ ਬੰਦ ਆ। ਸੁਬਹ ਤਕਰੀਬਨ ਕੁਛ 6 ਵਜੇ ਤੱਕ ਨਾ ਮੈਂ ਉਤਰਾ ਕੇ ਨਹੀਂ ਬਹਿ ਕੇ ਭਾਰਾ ਦਿੱਤਾ, 6 ਵਜੇ ਨਾ ਮੈਂ ਫੋਨ ਕੀਤਾ ਅੱਲਾ ਕੀਤਾ ਉਹ ਆ ਗਿਆ। ਹਾਂ ਅੱਛਾ ਆ ਰਹਾ, 6 ਵਜੇ ਮੁੜ ਉਹ ਆਇਆ, 6 ਵਜੇ ਅਸਾਂ ਜਨਾਬ 3 ਬੰਦਿਆਂ ਮਲੰਗ ਮੈਂ ਨਾਲ ਭਾਈ ਮੰਦਰ ਆ ਗਿਆ, ਅਸਾਂ ਜਾ ਕੇ ਨਾ ਗੱਡੀ ਖਾਲੀ ਕੀਤੀ ਹੈ, ਮੁੜ ਸਭ ਤੋਂ ਕੋਸ਼ਿਸ਼ ਕੀਤੀ ਹੈ ਕਿਵੇਂ ਘੜ ਕੇ ਨਾ ਅਤੇ ਇੱਥੇ ਆ ਜਾ ਵੀ, ਹਾਲੇ ਮੇਰੇ ਜਿਹੜੇ ਟਾਇਰ ਪਾਟੇ ਆ ਰਾਤੀ ਹੁਣ ਭਾਈ ਮੰਦਰ ਲੈ ਕੇ ਆਇਆ ਉਸੇ ਅੱਲਾ ਕੀਤਾ ਗੱਡੀ ਹੁਣ ਆਪਣੀ ਇੱਥੇ ਲੋਡ ਹੋ ਗਈ ਖਾਨੂੰ ਦੇ ਜਸਾਂ, ਉੱਥੇ ਜਾ ਕੇ ਟਾਇਰ ਵਟਾ ਕੇ ਅਤੇ ਤਾਂ ਮੁੜ ਗਏ ਜਸਾਂ। ਹੁਣ ਤਕਰੀਬਨ ਜਿਹੜਾ ਕਾਲਾ ਖੋਲੂ ਹੈ ਨਾ ਉਹ ਸਮਝੋ ਕਿ ਇੱਥੋਂ ਚੁਰਮਿਆਨ ਦੇ ਖਾਨੂੰ ਜਈ ਦੇ ਇਲਾਕੇ ਦੇ ਵਿੱਚੋਂ ਨਾ ਖਤਮ ਹੈ, ਸਾਰੇ ਬਾਗ ਬਿਲਕੁਲ ਨਾ ਖਾਲੀ ਹੋ ਗਏ ਤਕਰੀਬਨ, ਉਹਨਾਂ ਦੇ ਪੈਣ ਕੇ ਪਹਿਲੀ ਤੋਂ ਬਾਅਦ ਨਾ ਸ਼ੀਨ ਖੋਲੂ ਯਾਨੀ ਕਿ ਸਾਵਾ ਖੋਲੂ ਜਿਹੜਾ ਨਾ ਪਹਿਲੀ ਤੋਂ ਬਾਅਦ ਸ਼ੁਰੂ ਅਸੀਂ ਉਹਦੇ ਤਕਰੀਬਨ ਇਨਸ਼ਾ ਅੱਲਾਹ ਤਾਲਾ ਚੱਕਰ ਜਿਹੜੇ ਨਾ ਕੋਈ ਇੱਕ ਦੋ ਚੱਕਰ ਨਾ ਉਹਦੇ ਪੱਕੇ ਲੱਗ ਜਾ ਸਨ, ਲੇਕਿਨ ਹੁਣ ਅੱਗੇ ਕਿਰਾਏ ਜਿਹੜੇ ਨਾ ਉਹ ਬਿਲਕੁਲ ਘੱਟ ਹੋਣਾ, ਹੁਣ ਮੇਰੀ ਗੱਡੀ ਦਾ ਕਿਰਾਇਆ ਵੀ ਜਿਹੜਾ ਇਹ ਲੱਗਾ 180 ਰੁਪਈਆ ਪੇਟੀ ਦਾ, 800 ਪੇਟੀ ਹੈ, ਇਸ ਦੇ ਵਿੱਚ ਮਸ ਜਾ ਕੇ ਲੋਕ ਵਿਆਹ ਕੋਈ ਗੁਜ਼ਾਰਾ ਹੀ ਆਉਣਾ। ਅਲਹਮਦੁਲਿਲਾ ਆਪਣੀ ਨਾ ਹੋ ਗਈ ਲੋਡ, ਜਦੋਂ ਨੇ ਦੱਸੀ ਤਾਂ ਸ਼ੁਰੂ ਹੋਇਆ ਨਾ ਪਹਿਲੀ ਗੱਡੀ ਹੈ ਜਿਹੜੀ ਇਤਨੇ ਟਾਈਮ ਦੇ ਨਾਲ ਲੋਡ ਕਰਕੇ ਨਿਕਲਦਾ ਪਿਆ, ਪਟੇ ਪੁਟੇ ਮਾਰ ਲੈਣ ਬਸ ਥੋੜ੍ਹੇ ਕਰਿਆ ਕਿ ਜਿਹੜੀ ਉਹ ਮਲੰਗ ਨੇ ਟਾਇਟ ਕਰ ਲੈਂਦਾ ਪਤਾ, ਬਾਕੀ ਹੁਣ ਅੱਲਾ
नौ जगह जिते ना पिछली बार ना वीडियो उसलिए बनाई थी लेकिन डिलीट हो गई है। इतने गड्डी आके ना इस नदी के एक साइड कलिंडर साइड वाली जोल है, मैं थोड़ी गड्डी ड्राइवर साइड पर रखी थी, दो त्रै दिन पहले बारिश हुई हुई तो यह जिते हूँ पिछले टायर ना इतने आके गड्डी मेरी ने फस गई आई मोड़ बड़ी मुश्किल ना जनाब असा पिछे ये डाला खाली किया तो डाला खाली करके टुचैन बिल होया मोड़ ट्रैक्टर नाल टुचैन पा के तो छिकी है आ गया इतने खानू दे ना अस हम टायर खुलवा दी तेन भाई मंदिर ना रबता कि तुस आख्या कि मैंने ज्यारत करास ना टपया ना गा यह साढ़े टायर की हालत है लेकिन यह है कि इस दिन हूँ अरमान कोई नहीं कि इन्हू ना दो साल हो गए हैं। हूँ अस पहुंचे हैं किले सैफुले तकरीबन खानू सही दे निकल के तो मैं इतने पहुंचा कोई साढ़े त्रे पौने चार घंटे क्योंकि उदू उतराई है तो उतराई जड़ा ना वो बिल्कुल सुकून ना रखा इत पिछे तो बुख कोई ना लेकिन हूँ ना थोड़ी बुख जी महसूस होंगी भी चलो कुछ आके जा हल्के फुल्के रोटी जी है ना वो ले लेने मुड़े शिफ्ट चेंज उस मलंग आखसा गड्डी चलाया तो मैं थोड़े करे सुकून इधर एक ने वेख्या कि इधर जो होटल हैं ना पठाना माशाला ना चंगे बनाए हुए यानी कि रोब तू इधर आ जाओ क्वेटर रोड पर तो होटल ना चंगे वी आई पी बनाए ने यानी कि मस्जिद के नाल वाशरूम वगैरह ही समान बहन की ना बिल्कुल साफ सुथरा माहौल है। हमेशा ना जिस वेले कोई भी बिराए कसवावे ना मशीन तो नट तो यह दोबारा उत ही चेक कर लेने चाहिए साढ़े को लोड गड्डी है नाले जल्दी है आखिया चलो खैर है उत्तर चेक कोई ना कोई पिछे से खानू देना टायर चेंज किए हैं इतने आए रोप तो वेख्या तो साढ़े दो त्रै नट जड़े ना वो बिल्कुल खुले वे हैं उस तो यह तो शुक्र चलो वेख लिया अगर ना वेखी तो अल्लाह ना करें कि ढेर नुकसान हो गया समझो जिवे खूह नहीं ढाना उहा गल ही है साढ़े नाल एक व्यापारी आए ओ नाल तुहाड़ी मुलाकात करेने आए जो होटल गया आ जांदा है
ਹੁਣ ਆਪਣੇ ਆ ਜੀ ਅਸੀਂ ਆ ਕੇ ਨਾ ਕੋਟਲੇ ਜਾਮ ਮਤਲਬ ਕਿ ਆਪਣੇ ਅਸੀਂ ਹੁਣ ਬੜੇ ਵਧੀਆ ਪੰਜਾਬ ਵਿੱਚ ਤੇ ਜ਼ਿਲ੍ਹੇ ਪੱਖਰ ਵਿੱਚ ਇੱਥੇ ਥੋੜ੍ਹੀ ਦੇਰ ਹੁਣ ਸਕੂਨ ਕਰੇ ਨੇ ਆਪਾਂ ਗੱਡੀ ਨੂੰ ਵੀ ਟਾਇਰਾਂ ਨੂੰ ਵੀ ਥੋੜ੍ਹੇ ਸਾਹ ਸੂ ਆ ਜਾ ਸੀ ਕਿਉਂਕਿ ਇਸ ਸਾਈਡ ਵੱਲ ਨਾ ਗਰਮੀ ਤੁਹਾਨੂੰ ਪਤਾ ਕਿ ਹੁਣ ਆਪਣੇ ਪੰਜਾਬ ਵਿੱਚ ਦਾ ਮੌਸਮ ਅਤੇ ਉਦੋਂ ਦੇ ਮੌਸਮ ਇੰਨਾ ਥੋੜ੍ਹਾ ਫਰਕ ਇੱਥੇ ਹਾਲੇ ਥੋੜ੍ਹੀ ਨਾ ਗਰਮੀ ਹੈ ਬਾਕੀ ਥੋੜ੍ਹੀ ਦੇਰ ਰੈਸਟ ਮਿਲੇ ਨੇ ਮੋੜੀ ਤੋਂ ਆਪਣਾ ਸਫ਼ਰ ਸ਼ੁਰੂ ਕਰਸਾਂ ਇੱਥੋਂ ਬੱਖਰ ਜਾਣਾ ਹੀ ਪਵਣਾ ਹੈ ਬਾਈਪਾਸ ਤੋਂ ਕਿਉਂਕਿ ਸ਼ਹਿਰ ਇੱਥੋਂ ਹੁਣ ਵੱਡੀ ਗੱਡੀ ਜਾਵਣ ਦੇ ਦਿੰਦੇ ਆ ਚੜਨਾ ਮਾਹੌਲ ਚੈੱਕ ਕਰੋ ਤੁਸੀਂ ਨਾ ਥਲ ਦਾ ਤੇ ਹੁਣ ਆ ਗਿਆ ਜੀ ਹੈਦਰਾਬਾਦ ਸ਼ਹਿਰ ਹੈਦਰਾਬਾਦ ਸਿੰਧ ਵਾਲਿਆਂ ਨੇ ਸਮਝਣਾ ਹੈਦਰਾਬਾਦ ਥਲ ਹੈ ਇਹ ਤਹਿਸੀਲ ਹੈ ਇਸ ਦੀ ਨਹੀਂ ਹੈਦਰਾਬਾਦ ਮੇਰੇ ਖਿਆਲ ਤਹਿਸੀਲ ਨਹੀਂ ਹੈ ਮਨਕੇਰਾ ਤਹਿਸੀਲ ਹੈ ਬੱਖਰ ਦੀ ਬਾਕੀ ਇੱਥੋਂ ਤਕਰੀਬਨ ਕੋਈ ਹੋਰ 20-25 ਕਿਲੋਮੀਟਰ ਰਹਿ ਗਿਆ ਬੱਖਰ ਉਸ ਤੋਂ ਬਾਅਦ ਆਪਣਾ ਜੰਗ ਸ਼ੁਰੂ ਹੋ ਜਾਣਾ ਸ਼ਾਮ ਦੇ ਟਾਈਮ 'ਤੇ ਮੁੜ ਤੋਂ ਥਲ ਦਾ ਮਾਹੌਲ ਹੈ ਬੜਾ ਚਸਕ ਰਹਿੰਦਾ ਬਰੇੜੀ ਆਪਣੇ ਆਏ ਤੇ ਇੱਥੇ ਮੁੜ ਤੁਹਾਨੂੰ ਪਤਾ ਹੈ ਕਿ ਆਹ ਖਜੂਰਾਂ ਵਾਲੀ ਦੁਕਾਨ ਹੈ ਮਿਠਿਆਈ ਵਾਲੀ ਇੱਥੋਂ ਖਜੂਰਾਂ ਨਾ ਖਾ ਵੀ ਇਹਨਾਂ ਤੇ ਮੁੜ ਅਗਾ ਸਫ਼ਰ ਹੀ ਨਹੀਂ ਆਉਂਦਾ ਅੱਗੇ ਤਾਂ ਅਸੀਂ ਇੱਥੇ ਲੈ ਕੇ ਅਤੇ ਖਲੋ ਕੇ ਯਾਨੀ ਕਿ ਜਦ ਸਕੂਨ ਨਹੀਂ ਕਰਨਾ ਲੈ ਕੇ ਹੁਣ ਨਾ ਪਹਿਲੇ ਰੋਟੀ ਖਾਣੀ ਹੈ ਰੋਟੀ ਖਾ ਕੇ ਤੇ ਉਸ ਤੋਂ ਬਾਅਦ ਹੀ ਇਹਦੇ ਨਾਲ ਲੰਮੂ ਮਿੱਠਾ ਕਰਸਾਂ ਰਾਤੀ ਅਸੀਂ ਤਕਰੀਬਨ ਇੱਥੇ ਆਪਣੇ ਆ ਕੇ ਕੋਈ 1-1.5 ਵਜੇ ਪਹਿਲੀ ਨੰਦ ਸਲਾਹ ਕਿ ਸਾਰੀ ਗੱਡੀ ਨਾ ਅਸੀਂ ਖਾਲੀ ਕਰਸਾਂ ਮੰਡੀ ਆਈ ਨਾ ਇੱਥੇ ਸਟੋਰ ਏ ਕੋਈ ਨਹੀਂ ਖਾਲੀ ਕਰਨੀ ਗੱਡੀ ਲੇਕਿਨ ਹੁਣ ਆਦੇ ਪੈਣ ਕਿ ਇੱਥੇ ਨਾ ਬਿਲਕੁਲ ਨਾ ਮਤਲਬ ਕਿ ਸੇਬ ਦਾ ਨਾ ਰੇਟ ਡਹਿ ਗਿਆ ਇਸ ਵਜ੍ਹਾ ਤੋਂ ਜਿਹੜੇ ਕੋਈ 60-70 ਪੇਟੀ ਜਿਹੜੀ ਹੈ ਨਾ ਕੋਈ ਸਲਾਹ ਕੇ ਤਾਂ ਬਾਕੀ ਖਾਲੀ ਕਰ ਦਿੱਤੇ ਜਾ ਕੇ ਸਟੋਰ ਵਿੱਚ ਚਲੋ ਪਹਿਲੇ ਗੱਡੀ ਲੈਣੀ ਆਉਣੀ ਇਹਨਾਂ ਤਾਂ ਮੁੜ ਤਾਂ ਆਸਾਨੀ ਆਈ ਕਿਉਂਕਿ ਹੁਣ ਸਟੋਰ ਦੇ ਵੇਲਾ ਮੈਂ ਗੱਲ ਕੋਈ ਨਾ ਕੋਈ ਗੱਡੀਆਂ ਲੱਗੀਆਂ ਖਲੋਤੀਆਂ ਉਸਣ ਖੈਰ ਆਈ ਤਾਂ ਖਾਲੀ ਹੋਈ ਜਾਸੇ ਸਦੀਕ ਬਿਰਾ ਪਿਛਲੇ ਚੱਕਰ ਮੈਨੂੰ ਨਾਲ ਲੈ ਕੇ ਆਇਆ ਇਹਨਾਂ ਇੱਥੇ ਆਪਣਾ ਕੋਈ ਹਿਸਾਬ ਕਿਤਾਬ ਕਰਨਾ ਜਾਂ ਆਪਣਾ ਜਿਵੇਂ ਸੇਬ ਦਾ ਕਿਉਂਕਿ ਸੇਬ ਤਾਂ ਆਉਣ ਦਾ ਸੀਜ਼ਨ ਮੁੱਕਦਾ ਪਿਆ ਅਤੇ ਹੁਣ ਸਜਾਵਣਾ ਜਿਹੜਾ ਆਪਾਂ ਇਕੱਠੇ ਨੇ ਗੱਡੀ ਖਾਲੀ ਕਰਕੇ ਨਾ ਤੇ ਘਰ ਘਰ ਜਾ ਰਹੇ ਨਾ ਮਰ ਸਕਦੇ ਬਿਲਕੁਲ ਜਾਏਗਾ ਅਭੀ ਗਾਡੀ ਅਭੀ ਅੰਦਰ ਖਾਲੀ ਕਰੇਗਾ ये नवाब लाला है इसका भी वादा है ये भी हमारे साथ अभी आ रहा है घर पे ना बस गाड़ी खाली करेगा नहीं नहीं
मंडी चो ना आ गया स्टोर है जूते सिरो को 2.5-3 पेटी खाली की थी ने तो बाकी एक पहले स्टोर है तो गए तो ना क्या पे फोल ले अपने को गुंजाइश कोई नहीं हूं दुए दे चला किता है कि ना क्या इत बाहर रखो जा और को घंटे सवेरे ना घंटे बल्कि 15-20 मिनट बाद ना गड्डी अपनी खाली आनी है।